ਪਹਿਲੀ ਵਾਰ ਵੋਟਰ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਵੱਧ ਤੋਂ ਵੱਧ ਵੱਧ ਚੜ੍ਹ ਕੇ ਅੱਜ ਦੀ ਚੋਣਾਂ 'ਚ ਵੋਟਾਂ ਪਾਓ ਤਾਂ ਤੁਸੀਂ ਕਿਵੇਂ ਪ੍ਰਚਾਰ ਕਰ ਰਹੇ ਹੋ ਕਿਵੇਂ ਲੋਕਾਂ ਤੱਕ ਸਨੇਹੇ ਲਾ ਰਹੇ ਹੋ ਕਿ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਆ ਕਿ ਹਰ ਕੋਈ ਆਪਣੀ ਵੋਟ ਦਾ ਅਧਿਕਾਰ ਵਰਤ ਕੇ ਤੁਹਾਡੇ ਹੱਥ ਵਿੱਚ ਆ ਪੰਜਾਬ ਦੀ ਸਰਕਾਰ ਇਹ ਦੁਨੀਆ ਨੂੰ ਵੀ ਕਹਿੰਦੇ ਆ ਕਿ ਤੁਸੀਂ ਆਪਣੇ ਘਰਾਂ 'ਚ ਵਿਹਲੇ ਨਾ ਬੈਠੋ ਕੰਮ ਕਰ ਕਰੋ ਇਹ ਪੜ੍ਹਾਈ ਕਰਕੇ ਵਧੀਆ ਤਰੀਕੇ ਦੀ ਚੋਭ ਹਾਸਲ ਕਰੋ ਮਤਲਬ ਅੱਖ ਤੇ ਕੋਈ ਵੀ ਮੈਂ ਅਸੀਂ ਵੋਟ ਪਾਣੀ ਆ ਉਹਨਾ ਹੋਣਾ ਨਹੀਂ ਵੋਟ ਪਾਣੀ ਜਿਵੇਂ ਸੋਨਾ ਸਿੰਘ ਵੋਟ ਪਾਏਗਾ ਤੇ ਮੈਂ ਨਹੀਂ ਦੇਖ ਸਕਾਂਗਾ ਉਹਦੀ ਵੋਟ ਪੰਜਾਬ ਦੇ ਮਾਹੌਲ ਨੂੰ ਕਿਵੇਂ ਦੇਖੀਂ ਚੋਣਾਂ ਨੂੰ ਕਿਵੇਂ ਦੇਖੀਂ ਸਿਆਸਤ ਨੂੰ ਕਿਵੇਂ ਦੇਖੀਂ ਨੌਜਵਾਨ ਪੀੜ੍ਹੀ ਨੂੰ ਸਰੋਤ ਬਣ ਰਹੇ ਹੋ ਉਹਨਾ ਰੋਲ ਮਾਡਲ ਬਣ ਰਹੇ ਹੋ ਨੌਜਵਾਨ ਜਿਹੜਾ ਪੰਜਾਬ ਦਾ ਹੈ ਜਿਹੋਨਾ ਗੱਲਾਂ ਬਾਤਾਂ ਕਰੀਆਂ ਜਾਂਦੀਆਂ ਨਹੀਂ ਉਹ ਤੋਂ ਐਂ ਲੱਗਦਾ ਬੜਾ ਨਿਰਾਸ਼ ਹੈ ਜ਼ਿਆਦਾਤਰ ਸੋਨੂੰ ਹੀ ਪਤਾ ਲੋਕ ਬਾਹਰ ਭੱਜ ਰਹੇ ਨੇ ਹੋਰ ਥਾਂਵੇਂ ਜਾ ਰਹੇ ਨੇ ਇਹ ਹੈ ਨਹੀਂ ਹੈ ਨਹੀਂ ਬਹੁਤ ਲੋਕੀ ਉਹ ਕਰਨਾ ਨਹੀਂ ਚਾਹੁੰਦੇ ਸਟਰਗਲ ਨਹੀਂ ਕਰਨਾ ਚਾਹੁੰਦੇ ਲੋਕ ਚਾਹੁੰਦੇ ਆ ਪੱਕੀ ਪਕਾਈ ਸਾਨੂੰ ਮਿਲੇ ਇਸ ਤਰ੍ਹਾਂ ਕਿ ਸਾਰਾ ਅੰਪਾਰ ਚਲੇ ਬਾਹਰ ਮੇਡ ਜੋਸ ਬਾਹਰ ਜਾ ਕੇ ਕੰਮ ਤਾਂ ਉਹ ਹੋ ਹੀ ਉਹ ਹੀ ਆ ਤਨਾ ਵੱਖਰੀ ਵੱਖਰੀ ਸੋਚ ਹੈ ਫਿਰ ਤੁਸੀਂ ਆਪਸ ਕਿਵੇਂ ਕਰ ਲੈਨੇ ਹੋ ਤਾਲਮਿਲ ਕਿਵੇਂ ਕਰਦੇ ਹੋ ਸਿੰਗਲਵਾੜਾ ਪੜ ਰਹੇ ਸੀਗੇ ਜਦੋਂ ਉਹ ਕਰ ਰਹੇ ਸੀਗੇ ਉਦੋਂ ਸੋਚਿਆ ਸੀ ਵੀ ਸਰਕਾਰੀ ਜੋਬ ਹੀ ਕਰਨੀ ਆ ਜਾਂ ਕੁਝ ਹੋਰ ਪ੍ਰਾਈਵੇਟ ਜਾਂ ਕੋਈ ਹੋਰ ਡ੍ਰੀਮ ਸੀਗਾ ਲੋੜ ਡ੍ਰੀਮ ਇਹ ਸੀ ਕਿ ਹੀ ਸਿੰਗਰ ਬੰਨਾ ਚਲੋ ਹਰ ਕੋਈ ਹੁੰਦਾ ਬਣਦਾ ਹੀ ਹੈ ਟਾਈਮ ਨਹੀਂ ਹੁੰਦਾ ਕਿ ਆਈ ਆਪਣਾ ਫ੍ਰੀ ਬੈਠ ਕੇ ਕੁਝ ਕਰ ਵੀ ਲੇਗੇ ਕਿਸੇ ਨਾਲ ਗੱਲ ਕਰਾ ਟਾਈਮ ਨਹੀਂ ਹੁੰਦਾ ਸਾਡੇ ਇਸ ਲਈ ਬਹੁਤ ਬਿਜ਼ੀ ਹੁੰਦੇ ਦਨਗਾ ਵੋਟ ਬਣਾ ਕੇ ਨਾ ਬਣਾ ਕੇ ਨਾ ਵੋਟ ਵਾਸਤੇ ਆਡੀ ਵੋਟ ਵਾਸਤੇ ਬਹੁਤ ਚੱਕਰ ਪਿਆ ਸੀ ਕਿ ਸਬ ਪਾਉਣਗੇ ਤੋਂ ਫਿਰ ਪ੍ਰਾਈਮ ਮਿਨਿਸਟਰ ਦੀ ਪਰਮਿਸ਼ਨ ਲਈ ਪ੍ਰਾਈਮ ਮਿਨਿਸਟਰ ਨੇ ਫਿਰ ਰਾਸ਼ਟਰਪਤੀ ਜੀ ਪੂਰੀ ਮੀਟਿੰਗ ਹੋਈ ਆ ਉਹਦੇ ਵਿੱਚ ਅਜੰਡਾ ਪਾਸ ਹੋਇਆ ਪ੍ਰਾਈਮ ਮਿਨਿਸਟਰ ਜੀ ਨੇ ਅਜੰਡਾ ਆਪਣੇ ਨਰਿੰਦਰ ਮੋਦੀ ਜੀ ਨੇ ਅਜੰਡਾ ਪਾਸ ਕੀਤਾ ਕਿਉਂਕਿ ਇਹ ਕੰਮ ਸੁਸ਼ੀਲ ਚੰਦਰਾ ਜੀ ਤੋਂ ਵੀ ਪਾਰ ਚਲਾ ਗਿਆ ਸੀ ਇੱਕ ਸ਼ਰੀਰ ਦੋ ਢੜ ਵਾਲੇ ਸੋਨਾ ਸਿੰਘ ਮੋਨਾ ਸਿੰਘ ਐਤਕੀ ਦੀਆਂ ਵਿਧਾਨ ਸਭਾ ਚੋਣਾਂ 'ਚ ਪਹਿਲੀ ਵਾਰ ਵੋਟ ਪਾਉਣਗੇ ਅਤੇ ਨਾਲ ਦੀ ਨਾਲ ਸਾਰੇ ਪਹਿਲੀ ਵਾਰ ਦੇ ਜਿਹੜੇ ਵੋਟਰ ਨੇ ਉਹਨਾਂ ਵਾਸਤੇ ਰੋਲ ਮਾਡਲ ਵੀ ਨੇ ਸਾਡੇ ਨਾਲ ਨੇ ਨਾਲ ਸਾਡੇ ਨੇ ਸੀਐਮਡੀ ਮੇਨੂ ਪ੍ਰਸ਼ਾਦ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਦੇ ਆ ਕਿਵੇਂ ਇਹਨਾਂ ਨਾਲ ਰابطਾ ਕਾਇਮ ਹੋਇਆ ਕਿਵੇਂ ਇਹ ਬਿਜਲੀ ਵਿਭਾਗ ਵਿੱਚ ਜੌਬ ਕਰਨ ਲੱਗੇ ਤਾਂ ਸੋਨਾ ਸਿੰਘ ਮੋਨਾ ਸਿੰਘ ਜੀ ਨਾਲ ਗੱਲ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਰਸਿੰਜੀ ਰੋਲ ਮਾਡਲ ਚੁਣੇ ਗਏ ਹੋ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਵੇਂ ਲੱਗ ਰਿਹਾ ਹੈ ਕਿ ਪਹਿਲੀ ਵਾਰ ਵਿਧਾਨ ਸਭਾ ਚੋਣਾਂ 'ਚ ਵੋਟ ਵੀ ਪਾਉਂਗੇ ਬਹੁਤ ਵਧੀਆ ਲੱਗ ਰਿਹਾ ਹੈ ਵਿਧਾਨ ਸਭਾ ਦੀਆਂ ਚੋਣਾਂ 'ਚ ਸਾਨੂੰ ਵੀ ਮਿਲਿਆ ਸੈਸ਼ਨ ਆਪਾਂ ਵੀ ਚੋਣਾਂ ਲੜਾਂਗੇ ਵੋਟ ਪਾਵਾਂਗੇ ਆਪਾਂ ਵੀ ਤੇ ਉਹਦੇ ਨਾਲ ਨਾਲ ਸਾਨੂੰ ਪ੍ਰੈਜ਼ਾਈਡਿੰਗ ਆਫੀਸਰ ਵੀ ਬਣਾ ਦਿੱਤਾ ਗਿਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਪੀ ਡਬਲਯੂ ਡੀ ਵਾਲੇ ਜਿੰਨੇ ਵੀ ਲੋਕ ਆ ਸਾਰਿਆਂ ਦੀ ਦੇਖ ਰਿਕੀ ਕਰਾਂਗੇ ਕਿ ਉਹਨਾਂ ਨੂੰ ਵਧੀਆ ਤਰੀਕੇ ਨਾਲ ਚੱਲ ਰਿਹਾ ਕੰਮ ਆਪਣੇ ਸੁਸ਼ੀਲ ਚੰਦਰਾ ਆਈਐਸ ਪੂਰੇ ਭਾਰਤ ਦੇ ਚੋਣ ਕਮਿਸ਼ਨਰ ਅਤੇ ਕਰਨ ਰਾਜੂ ਜੀ ਉਹਨਾਂ ਵਰ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਤੇ ਨਾਲ ਨਾਲ ਹੀ ਬਹੁਤ ਬਹੁਤ ਧੰਨਵਾਦ ਪੀਐਸਪੀਸੀਐਲ ਦੇ ਸੀਐਮਡੀ ਵੀਨੂ ਪ੍ਰਸ਼ਾਦ ਜੀ ਦਾ ਤੇ ਪੀਐਸਟੀਸੀਐਲ ਦੇ ਚੇਅਰਮੈਨ ਵੀ ਹਨ ਤੇ ਇਹਨਾਂ ਨੇ ਇਹਨਾਂ ਨੂੰ ਜੌਬ ਜੌਬ ਦਿੱਤੀ ਠੀਕ ਹੈ ਜੀ ਇਹਨਾਂ ਦੇ ਬਹੁਤ ਬਹੁਤ ਸਾਰੀਆਂ ਸੀ ਤੇ ਕਰਦੇ ਆ ਤੇ ਤੇ ਬਹੁਤ ਵਧੀਆ ਜੌਬ ਕਰਦੇ ਪਏ ਆ ਡਿਊਟੀ ਦੇ ਬੈਠੇ ਆ ਤੁਸੀਂ ਜਿਵੇਂ ਥੋੜੀ ਜ਼ਿੰਮੇਵਾਰ ਲਾਈ ਗਈ ਹੈ ਪ੍ਰਚਾਰ ਕਰਨ ਦੀ ਜਿਹੜੇ ਪਹਿਲੀ ਵਾਰ ਵੋਟਰ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਵੱਧ ਤੋਂ ਵੱਧ ਵੱਧ ਛੜ ਕੇ ਆਇ ਕਿ ਚੋਣਾਂ 'ਚ ਵੋਟਾਂ ਪਾਓ ਤਾਂ ਤੁਸੀਂ ਕਿਵੇਂ ਪ੍ਰਚਾਰ ਕਰ ਰਹੇ ਹੋ ਕਿਵੇਂ ਲੋਕਾਂ ਤੱਕ ਸਨੇਹ ਲਾ ਰਹੇ ਹੋ ਕਿਵੇਂ ਕਰਦੇ ਹੋ ਸਾਰਾ ਕੁਝ ਹਾਂਜੀ ਅਸੀਂ ਵੋਟਾਂ ਜਿਸ ਤਰ੍ਹਾਂ ਪ੍ਰਚਾਰ ਕਰਨਾ ਪ੍ਰਚਾਰ ਕਰਨ ਵਾਸਤੇ ਅੱਜ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਹੈ ਕਿਉਂਕਿ ਕੋਵਿਡ ਬਹੁਤ ਹੈ ਕੋਵਿਡ ਬਹੁਤ ਹੈ ਤੇ ਇਹ ਦੇ ਕਰਕੇ ਜਾ ਜਾ ਕੇ ਲੋਕਾਂ 'ਚ ਪ੍ਰਚਾਰ ਕਰਨਾ ਤੇ ਔਖਾ ਹੈ ਤੇ ਇਸ ਲਈ سوشل میڈیا ਦਾ ਟਾਈਮ ਚੱਲ ਰਿਹਾ ਤੇ سوشل میڈیا ਰਾਹੀਂ ਲੋਕਾਂ ਨੂੰ ਗਾਈਡ ਕਰ ਦਿੱਤਾ ਜਾਂਦਾ ਕਿ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਆ ਕਿ ਹਰ ਕੋਈ ਆਪਣੀ ਵੋਟ ਦਾ ਅਧਿਕਾਰ ਵਰਤ ਕੇ ਤੁਹਾਡੇ ਹੱਥ ਵਿੱਚ ਹੀ ਪੰਜਾਬ ਦੀ ਸਰਕਾਰ ਸਾਰੇ ਜ਼ਿਲ੍ਹਿਆਂ ਦੀ ਮਤਲਬ ਸਾਰੇ ਸਟੇਟਾਂ ਦੀ ਸਰਕਾਰ ਲੋਕਾਂ ਦੇ ਹੱਥ ਵਿੱਚ ਹੈ ਜੀ ਇਹ ਲੋਕ ਵੋਟ ਜਿਹਨੂੰ ਪਾਣਗੇ ਜਿਹਨੂੰ ਵੀ ਵੋਟ ਪਾਣਗੇ ਉਹ ਆਪਣੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਠੀਕ ਹੈ ਜੀ ਕੀ ਕਿਸੇ ਦੇ ਬਹਿਕਾਵੇ ਚ ਆ ਕੇ ਕਿਸੇ ਡਰ ਦਬਾਅ ਦੇ ਨਾਲ ਲਾਲਚ ਦੇ ਨਾਲ ਨਾ ਕੋਈ ਇਹੋ ਜੇ ਕੰਮ ਕੀਤੇ ਜਾਣ ਵੋਟਾਂ ਦੇ ਵਿੱਚ ਇਹੀ ਅਪੀਲ ਕਰਨੀ ਚਾਹੁੰਦੇ ਆ ਸਾਰੇ ਜਾਣੇ ਵਧੀਆ ਤਰੀਕੇ ਨਾਲ ਵੋਟ ਦਾ ਅਧਿਕਾਰ ਹਾਸਲ ਕਰੋ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਕੋਈ ਜਾਤੀ ਕੋਈ ਵਰਗ ਕੋਈ ਧਰਮ ਕੋਈ ਭਾਈਚਾਰੇ ਸਾਰਿਆਂ ਨੂੰ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਹਾਂਜੀ ਪੰਜਾਬ ਤੋਂ ਇਲਾਵਾ ਵੀ ਹੋਰ ਸੂਬਿਆਂ ਜਿੱਥੇ ਚੋਣਾਂ ਨੇ ਉੱਥੇ ਵੀ ਤੁਸੀਂ ਪ੍ਰਚਾਰ ਕਰ ਰਹੇ ਹੋ ਉੱਥੇ ਵੀ ਸ਼ਾਇਦ ਕਰ ਲੋਕਾਂ ਲੋਕ ਨੂੰ ਉਤਸ਼ਾਹਿਤ ਕਰਨ ਦਾ ਤਾਂ ਕੰਮ ਹੀ ਪੂਰੇ ਔਰ ਇਕੱਲੇ ਨਹੀਂ ਕਰ ਰਹੀ ਹੈ ساری ਦੁਨੀਆ ਕਰ ਰਹੀ ਹੈ ਜਿਹੜੇ ਸਾਡੇ ਵਰਗੇ ਹੋਰ ਵੀ ਅਫਸਰ ਲਾਏ ਗਏ ਆ ਅਸੀਂ ਬੀ ਐਲਓ ਤੋਂ ਉੱਪਰ ਨੇ ਪ੍ਰੈਜ਼ਾਈਡਿੰਗ ਅਫਸਰ ਆ ਇਹਦੇ ਬੀ ਐਲਓ ਉਹਨਾਂ ਦਾ ਕੰਮ ਹੁੰਦਾ ਪ੍ਰਚਾਰ ਕਰਨਾ ਤੇ ਬੀ ਐਲਓਾਂ ਦੀ ਆਪਾਂ ਡਿਊਟੀਆਂ ਲਾਈਆਂ ਹੋਈਆਂ ਉਹ ਕਰਦੇ ਪਏ ਆ ਵਧੀਆ ਤਰੀਕੇ ਨਾਲ ਕੰਮ ਤੇ ਆਪਾਂ ਵੀ ਜਿੱਥੇ ਤੱਕ ਸਾਨੂੰ ਵੀ ਜ਼ਰੂਰਤ ਹੁੰਦੀ ਹੈ ਆਪ ਖੁਦ ਵੀ ਪ੍ਰਚਾਰ ਕਰਦੇ ਹੀ ਤਾਂ ਜਾ ਕੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਾਂ ਵੋਟ ਦਾ ਅਧਿਕਾਰ ਸਾਨੂੰ ਮਿਲਿਆ ਆ ਠੀਕ ਹੈ ਜੀ ਤੇ ਸਾਰੀ ਦੁਨੀਆ ਨੂੰ ਵੀ ਬਹੁਤ-ਬਹੁਤ ਧੰਨਵਾਦ ਇਹ ਦੁਨੀਆ ਨੂੰ ਵੀ ਕਹਿੰਨੇ ਆ ਕਿ ਤੁਸੀਂ ਆਪਣੇ ਘਰਾਂ 'ਚ ਵਿਹਲੇ ਨਾ ਬੈਠੋ ਕੰਮ-ਕਾਰ ਕਰੋ ਇਹ ਪੜ੍ਹਾਈ ਕਰਕੇ ਵਧੀਆ ਤਰੀਕੇ ਦੀ ਜੌਬ ਹਾਸਲ ਕਰੋ ਠੀਕ ਹੈ ਜੀ ਤੇ ਵੋਟ ਪਾਉਂਦਾ ਤੁਹਾਨੂੰ ਅਧਿਕਾਰ ਮਿਲਿਆ ਪਰ ਵੋਟ ਜਦੋਂ ਪਾਉਣ ਜਾਂਦਾ ਬੰਦਾ ਉਦੋਂ ਬੈਲਟ ਪੇਪਰ ਹੁੰਦਾ ਕੱਲੇ-ਕੱਲੇ ਬੰਦੇ ਦਾ ਖਿਆਲ ਰੱਖਣਾ ਪੈਂਦਾ ਉਹ ਸਾਰੀਆਂ ਗੱਲਾਂ ਸਹੀ ਹੋਊਗੀਆਂ ਵੀ ਤੁਸੀਂ ਦੋਨੋਂ ਕਿਵੇਂ ਵੋਟ ਪਾਉਂਗੇ ਕਿਵੇਂ ਉਹ ਸੀਕਰੇਸੀ ਰੱਖੀ ਜਾਊਗੀ ਸੀਕਰੇਸੀ ਸਤਰੀ ਰੱਖੀ ਜਾਏਗੀ ਜਿਹੜੀ ਇਲੈਕਟ੍ਰੀਕਲ VOTING ਮਸ਼ੀਨ ਹੈ ਉਹਦੇ ਨਾਲ ਵੋਟ ਪੈ ਰਹੀ ਆ ਤੇ ਵੋਟ ਪਾਉਣ ਵਾਸਤੇ ਇੱਕ ਬੰਦੇ ਜਿਸ ਤਰ੍ਹਾਂ ਦੋ ਜਣੇ ਵੋਟ ਪਾਉਣਗੇ ਇੱਕ ਬੰਦੇ ਦੇ ਮਤਲਬ ਅੱਖ ਤੇ ਜਿਵੇਂ ਮੈਂ ਅਸੀਂ ਵੋਟ ਪਾਣੀਆ ਸੋਨਾ ਮੋਨਾ ਨਹੀਂ ਵੋਟ ਪਾਣੀਆ ਜਿਵੇਂ ਸੋਨਾ ਸਿੰਘ ਵੋਟ ਪਾਏਗਾ ਤੇ ਮੈਂ ਨਹੀਂ ਦੇਖ ਸਕਾਂਗਾ ਉਹਦੀ ਵੋਟ ਜਿਵੇਂ ਮੈਂ ਪਾਏਗਾ ਤਾਂ ਮੈਂ ਪਾਉਂਗਾ ਤਾਂ ਫਿਰ ਸੋਨਾ ਸਿੰਘ ਦੀ ਵੋਟ ਦੇਖ ਸਕਦਾ ਬਾਕੀ ਜੇ ਆਮ ਇਨਸਾਨ ਆ ਉਹ ਤਾਂ ਚਲੋ ਇੱਕ ਇੱਕ ਕਰਕੇ ਜਾਣਗੇ ਜਾਣਗੇ ਲਾਈਨ ਵਾਈਜ਼ ਜਾਣਗੇ ਪਰ ਜਿਹੜਾ ਹਾੜਾ ਸੀ ਉਹ ਥੋੜੀ ਡਿਫਿਕਲਟੀ ਸੀ ਉਹ ਦੂਰ ਹੋ ਗਈ ਪੱਟੀ 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 ਬੰਨ ਦਿੱਤੀ ਜਾਊਗੀ ਨਹੀਂ ਉਹ ਕੋਈ ਹੋਰ ਇੰਤਜ਼ਾਮ ਕੀਤੇ ਆ ਉਹ ਸਾਨੂੰ ਅਜੇ ਨਹੀਂ ਪਤਾ ਉਹ ਦੱਸਣਗੇ ਉਦੋਂ ਉਸ ਸਮੇਂ ਇੰਤਜ਼ਾਮ ਸਾਨੂੰ ਤੁਹਾਡੀ ਜ਼ਿੰਮੇਵਾਰੀ ਬਹੁਤ ਵਧੀਆ ਵੱਡੀ ਹੈ ਚੋਣਾਂ ਨੂੰ ਲੈ ਕੇ ਪੰਜਾਬ ਦੇ ਮਾਹੌਲ ਨੂੰ ਕਿਵੇਂ ਦੇਖਦੇ ਆਂ ਚੋਣਾਂ ਨੂੰ ਕਿਵੇਂ ਦੇਖਦੇ ਹੋ ਸਿਆਸਤ ਨੂੰ ਕਿਵੇਂ ਦੇਖਦੇ ਹੋ ਤੁਸੀਂ ਹਾਂਜੀ ਪੰਜਾਬ ਦੇ ਮਾਹੌਲ ਨੂੰ ਤਾਂ ਆਪਾਂ ਸਾਰੀ ਸਾਰੇ ਪਹਿਲਾਂ ਹੀ ਦੇਖਦੇ ਆ ਰਹੇ ਆ ਬਹੁਤ ਸਿਰਾਂ ਤੋਂ ਦੇਖਦੇ ਆ ਰਹੇ ਆ ਕਿਸ ਤਰ੍ਹਾਂ ਚੱਲ ਰਿਹਾ ਪੰਜਾਬ ਸਾਡਾ ਵੀ ਮਨ ਸੀ ਕਿ ਆਪਾਂ ਵੀ ਸਿਆਸੀ ਪਾਰਟੀਆਂ ਦਾ ਤੇ ਕਿਸ ਤਰ੍ਹਾਂ ਕੋਈ ਵੋਟ ਪਾਈਏ ਉਹ ਹੀ ਸਰਕਾਰ ਔਰ ਇਹ ਜਿਹੜੇ ਸਾਰੇ ਸਰਕਾਰ ਸਰਕਾਰਾਂ ਲੋਕਾਂ ਦੀ ਭਲਾਈ ਕਰਨ ਸਭ ਸਰਕਾਰਾਂ ਦਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਭ ਸਰਕਾਰਾਂ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਤੇ ਕਿਸੇ ਨੂੰ ਮਾੜਾ ਕਹਿਣ ਦਾ ਸਾਡਾ ਹੱਕ ਨਹੀਂ ਬਣਦਾ ਕਿਉਂਕਿ ਆਪਾਂ ਕਿਹੜਾ ਉਹਨਾਂ ਦੇ ਕੋਲ ਜਾ ਕੇ ਦੇਖਿਆ ਕਿ ਉਹ ਮਾੜਾ ਕਰਦੇ ਪਏ ਚੰਗਾ ਕਰਦੇ ਪਏ ਤੇ ਇਹ ਸਭ ਸਾਡ ਐਦ ਕੀ ਸੁਣੋ ਜਿਹੜੇ ਬੰਦੇ ਨੂੰ ਆਪਣੀ ਸਰਕਾਰ ਆ ਕਿ ਜਿਹੜਾ ਬੰਦਾ ਚਾਹੁੰਦਾ ਕਿ ਇਹਨੇ ਮੇਰੀ ਬਾਤ ਮਦਦ ਕਰਦੀ ਆ ਹਰ ਇੱਕ ਬਖਾਰੀ ਕੋ ਇਹ ਜਿਹੜੀਆਂ ਵੋਟਾਂ ਹੁੰਦੀਆਂ ਇਹ ਜਨਤਾ ਦੇ ਹੱਥ ਚ ਹੁੰਦੀ ਸਰਕਾਰ ਜਿਹੜੀ ਹੁੰਦੀ ਹੈ ਸਾਰੀ ਜਨਤਾ ਦੇ ਹੱਥ ਵਿੱਚ ਹੁੰਦੀ ਹੈ ਜਨਤਾ ਵੋਟ ਪਾਏਗੀ ਸਰਕਾਰ ਬਣੇਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਨੌਜਵਾਨ ਪੀੜੀ ਨੂੰ ਸਰੋਤ ਬਣ ਰਹੇ ਹੋ ਉਹਨਾਂ ਰੋਲ ਮਾਡਲ ਬਣ ਰਹੇ ਹੋ ਨੌਜਵਾਨ ਜਿਹੜਾ ਪੰਜਾਬ ਦਾ ਹੈ ਜ ਜਿਹੋਨਾਂ ਗੱਲਾਂ ਬਾਤਾਂ ਕਰੀਆਂ ਜਾਂਦੀਆਂ ਨੇ ਉਹ ਤੋਂ ਐਂ ਲੱਗਦਾ ਬੜਾ ਨਿਰਾਸ਼ ਹੈ ਜ਼ਿਆਦਾਤਰ ਤੁਹਾਨੂੰ ਵੀ ਪਤਾ ਲੋਕ ਬਾਹਰ ਭੱਜ ਰਹੇ ਨੇ ਹੋਰ ਥਾਂਵੇਂ ਜਾ ਰਹੇ ਨੇ ਤੁਸੀਂ ਇਹ ਸਾਰੀ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੋਗੇ ਇਹ ਤਾਂ ਐਸਾ ਹੈ ਕਿ ਜੋ ਜਿਹੜੇ ਲੋਕ ਆ ਉਹ ਬਾਹਰ ਜਾਂਦੇ ਆ ਤੇ ਲੋਕਾਂ ਨੂੰ ਚਾਹੀਦਾ ਕਿ ਸੰਘਰਸ਼ ਕਰਨ ਆਪਣੇ ਤੇ ਪੰਜਾਬ ਵਿੱਚ ਨੌਕਰੀਆਂ ਨਹੀਂ ਚੱਲੇ ਗਈਆਂ ਇੰਡੀਆ ਦੇ ਵਿੱਚ ਨੌਕਰੀਆਂ ਆਏ ਨੇ ਹੈ ਨਹੀਂ ਬਹੁਤ ਲੋਕੀ ਉਹ ਕਰਨਾ ਨਹੀਂ ਚਾਹੁੰਦੇ ਸਟਰਗਲ ਨਹੀਂ ਕਰਨਾ ਚਾਹੁੰਦੇ ਲੋਕ ਚਾਹੁੰਦੇ ਆ ਪੱਕੀ ਪਕਾਈ ਸਾਨੂੰ ਮਿਲੇ ਜਿਸ ਤਰ੍ਹਾਂ ਕਿ ਸਾਰਾ ਬਾਹਰ ਚਲੇ ਬਾਹਰ ਮੇਡ ਜੋ ਬਾਹਰ ਜਾ ਕੇ ਕੰਮ ਤਾਂ ਉਹ ਹੀ ਉਹ ਹੀ ਆ ਠੀਕ ਹੈ ਜੀ ਤੇ ਬਾਕੀ ਲੋਕਾਂ ਨੂੰ ਸੰਘਰਸ਼ ਕਰਨਾ ਪੋਜੀਟਿਵਲੀ ਸੋਚ ਪੋਜੀਟਿਵਲੀ ਸੋਚਣਾ ਚਾਹੀਦਾ ਕਿ ਸੈਨੇਗੇਟਿਵ ਹੀ ਨਹੀਂ ਹੋ ਜੇ ਸਾਡਾ ਕੋਈ ਮਨਚ ਡਰੀਮ ਆ ਉਹਨੂੰ ਪੂਰਾ ਪੂਰਾ ਕਰਨ ਨੂੰ ਉਹਨੂੰ ਵੱਲ ਡਬਲ ਮਾਈਂਟਡ ਨਾ ਹੋ ਕਿ ਕਹੋ ਹੋਏਗਾ ਤਾਂ ਨਹੀਂ ਇਹ ਬਾਕੀ ਦੀ ਗੱਲ ਤੋਂ ਸਹੀ ਸ਼੍ਰੀ ਆਈਐਸ ਮੇਨੂ ਪ੍ਰਸ਼ਾਦ ਚੇਅਰਮੈਨ ਜੀ ਇਹਨਾਂ ਨੇ ਸਾਨੂੰ ਜੌਬ ਦਿੱਤੀ ਹੈ ਮੇਨੂ ਪ੍ਰਸ਼ਾਦ ਜੀ ਨਾਲ ਗੱਲਬਾਤ ਕਰਦੇ ਹਾਂ ਮੇਨੂ ਪ੍ਰਸ਼ਾਦ ਜੀ ਤੁਹਾਡਾ ਰਾਬਤਾ ਕਿਵੇਂ ਕਾਇਮ ਹੋਇਆ ਇਹਨਾਂ ਨਾਲ ਕਿਵੇਂ ਤੁਹਾਡੇ ਮਨ ਚ ਵਿਚਾਰ ਆਇਆ ਵੀ ਇਹਨਾਂ ਨੂੰ ਵੀ ਜੌਬ ਮਿਲਣੀ ਚਾਹੀਦੀ ਹੈਗੀ ਹੈ ਤੇ ਫਿਰ ਚੋਣ ਪ੍ਰਚਾਰ ਵਾਸਤੇ ਈਸੀ ਨੇ ਕਿਵੇਂ ਸੰਪਰਕ ਕੀਤਾ ਇਹ ਸੋਨਾ ਸਿੰਘ ਮੋਨਾ ਸਿੰਘ ਨੇ ਇਹਨਾਂ ਨੇ ਪਿੰਗਲਵਾੜਾ ਦੇ ਵਿੱਚ ਉੱਤੇ ਰਹਿ ਰਹੇ ਉਸ ਦੇ ਬਾਅਦ ਇਹਨੇ ਸੜੇ ਮਾਨੇ ਵਾਲਾ ਸਬਸਟੇਸ਼ਨ ਹੈ ਉੱਤੇ ਟ੍ਰੇਨਿੰਗ ਲਿਆ ਹੈ उस दे बाद डिप्लोमा इलेक्ट्रीशियन का किया है इनने फिर हमारे को पता लग गया ये डिप्लोमा किया है करके और इन लोग ने भी सनों मोबाइल राही संपर्क किया है हमने ये किया है करके कोई भी पी एस पी सी एल पी एस टी सी एल में क्योंकि हमारा महकमा है पंजाब का बहुत व्डा अदारा है क्योंकि इलेक्ट्रिकल फील्ड पी एस पी सी एल बहुत व्डा अदारा है हमारे को जब पता लग गया इन्होंने फिर स्पेसल परमिशन लेके बोर्ड में असी इन्हों बतौर आर टी एम है सब स्टेशन में अपॉइंटमेंट दिता क्योंकि इन्हों इलेक्ट्रिकल के बारे भी नॉलेज है सब स्टेशन चलाने भी नॉलेज हैं सो देखते हुए इनको अपॉइंटमेंट दिया है असी समझते हैं कि आने वाले समय में ये और भी नॉलेज गेन करेगा और जो भी उनका हैंडीकैप देखते हुए जो भी सब स्टेशन में असिस्टेंट सब स्टे अटेंडेंट है सब स्टेशन अटेंडेंट है आगे भी प्रमोशनस लेके ये काम कर सकते हैं प्रशाद जिमें दो दिमाग ने दोनों वक्री वक्त सोच है पर शरीर एको एक है, में हैंडल जानता है जो तो उन्होंने किमें हैंडल किया जाता है जो जॉब कर रहे हैं क्योंकि दोनों वक्री सोच है वो सुझाव हो सू कि हैंडल किया जाता फिर क्योंकि ये ऑलरेडी इन्हें इलेक्ट्रीशियन का कुछ डिप्लोमा कोर्स किया है ਆ ਤੁਸੀਂ ਦੇਖਣ ਦੇ ਵਿੱਚ ਇਹਨਾਂ ਨੂੰ ਕੋਈ ਇਹ ਪ੍ਰੋਬਲਮ ਨਹੀਂ ਹੈ ਕਿਉਂਕਿ ਬਿਲਕੁਲ ਦੋਨੋਂ ਦਿਮਾਗ ਹੈ ਸਿੰਕ્રોਨਾਈਜ਼ ਹੈ ਆਪ ਵੀ ਗੱਲ ਕਰ ਸਕਦੇ ਹੋ ਔਰ ਵਰਕ ਦੇ ਵਿੱਚ ਵੀ ਦੋਨੋਂ ਸਿੰਕ્રોਨਾਈਜ਼ ਕਰਕੇ ਕੰਮ ਕਰਦੇ ਸੋ ਉਸ ਦੇ ਵਿੱਚ ਮੈਂ ਸਮਝਦਾ ਕਿ ਕੋਈ ਇਸ ਤਰ੍ਹਾਂ ਦਾ ਪ੍ਰੋਬਲਮ ਨਹੀਂ ਆਏਗਾ ਆ ਦੋਨੋਂ ਮਿਲ ਕੇ ਬਹੁਤ ਵਧੀਆ ਡੰਗ ਨਾਲ ਕੰਮ ਕਰ ਸਕਦੇ ਕਿ ਲੋਕ ਜਦੋਂ ਇਹਨਾਂ ਦੀ ਸਾਰੀ ਕਹਾਣੀ ਬਾਹਰ ਆਈ ਤਾਂ ਲੋਕਾਂ ਨੇ ਇਹ ਮੰਨ ਚ ਇਹ ਸਰਵਿਕ ਜਦੋਂ ਸਰਕਾਰੀ ਜੋਬ ਮਿਲੀ ਹੈ ਤੁਹਾਨੂੰ ਬਿਜਲੀ ਮੈਗਮੀ ਤੋਂ ਕਹ ਰਹੇ ਸੀ ਵੀ ਤੁਹਾਨੂੰ ਵੱਖਰੇ ਵੱਖਰੀ ਸੋਚ ਹੈ ਫਿਰ ਤੁਸੀਂ ਆਪਸ ਵਿੱਚ ਕਿਵੇਂ ਕਰ ਲੈਨੇ ਹੋ ਤਾਲਮਿਲ ਕਿਵੇਂ ਕਰਦੇ ਹੋ ਹਾਂਜੀ ਆਪਸ ਵਿੱਚ ਤਾਲਮਿਲ ਤੇ ਐਵੇਂ ਹੀ ਹੈ ਜੀ ਕਿ ਜਿਵੇਂ ਜਿਹੜਾ ਕੰਮ ਮੈਨੂੰ ਆਂਦਾ ਹੈ ਉਹ ਕੰਮ ਮੈਨੂੰ ਮੈਂ ਦੱਸ ਦਿੰਦਾ ਜੋ ਉਹਨੂੰ ਆਂਦਾ ਉਹ ਮੈਨੂੰ ਦੱਸ ਦਿੰਦਾ ਆਪਸ ਸਲਾਹ ਲੈ ਕੇ ਸਲਾਹ ਲੈ ਕੇ ਫੇਰੀ ਕਰੀਂ ਅੱਛਾ ਕੰਮ ਕੀਕ ਦੂਸਰੀ ਪੂਰੀ ਸਲਾਹ ਹੁੰਦੀ ਹੈ ਜੋ ਵੀ ਤੁਹਾਡੇ ਮਨ ਚ ਵਿਚਾਰ ਆਉਂਦੇ ਤੁਸੀਂ ਸੋਨਾ ਸਿੰਘ ਨੂੰ ਦੱਸ ਦਿਓ ਜਾਂ ਤੁਸੀਂ ਮੋਨਾ ਸਿੰਘ ਨੂੰ ਦੱਸ ਦਿਓ ਫਿਰ ਜੋਰ ਨਾਲ ਮਿਲ ਕੇ ਜੋ ਤੁਹਾਨੂੰ ਲੱਗਦਾ ਉਹ ਤੁਸੀਂ ਕਰ ਲੈਣੇ ਹੋ ਜਿਵੇਂ ਹੁਣ ਬਿਜਲੀ ਵਿਭਾਗ ਦੇ ਕਾਫੀ ਲੋਕ ਤੁਹਾਨੂੰ ਆ ਕੇ ਮਿਲ ਰਹੇ ਨੇ ਬੜੇ ਆ ਕੇ ਫੋਟੋਆਂ ਵੀ ਖਿਚਾ ਰਹੇ ਨੇ ਤੁਹਾਨੂੰ ਕਿਵੇਂ ਲੱਗਦਾ ਸਾਰਾ ਕੁਝ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਰੇ मतलब ਸਾਰੀ ਦੁਨੀਆ ਹੀ ਜਾਣਦੀ ਹੈ ਸਾਰੀ ਦੁਨੀਆ ਹੀ ਮਤਲਬ ਕਿ ਸ਼ੁਰੂ ਤੋਂ ਜਾਣਦੀ ਤੇ ਹੁਣ ਬਿਜਲੀ ਬੋਰਡ ਵਿੱਚ ਨੌਕਰੀ ਲੱਗਣ ਤੋਂ ਬਾਅਦ ਹੋਰ ਵੀ ਲੋਕ ਜਾਣਨ ਲੱਗੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਲੱਗ ਰਿਹਾ ਜੋ ਪਿੰਗਲਵਾੜਾ ਪੜ ਰਹੇ ਸੀਗੇ ਜਦੋਂ ਕਰ ਰਹੇ ਸੀਗੇ ਉਦੋਂ ਸੋਚਿਆ ਸੀ ਵੀ ਸਰਕਾਰੀ ਜੋਬ ਹੀ ਕਰਨੀ ਆ ਜਾਂ ਕੁਝ ਹੋਰ ਪ੍ਰਾਈਵੇਟ ਜਾਂ ਕੋਈ ਹੋਰ ਡ੍ਰੀਮ ਸੀਗਾ ਇਹ ਅਸੀਂ ਡ੍ਰੀਮ ਲੈ ਸੋਚਿਆ ਕਿ ਅਸੀਂ ਬਿਜਲੀ ਬੋਰਡ ਚ ਜੋਬ ਕਰਨੀ ਆ ਤੇ ਸਭ ਤੋਂ ਪਹਿਲਾ ਡ੍ਰੀਮ ਇਹ ਸੀ ਕਿ ਇਹ ਹੀ ਸਿੰਗਰ ਬੰਨਾ ਠੀਕ ਹੈ ਸਿੰਗਰ ਬੰਨਾ ਬਟ ਸਿੰਗਰ ਤੇ ਚਲੋ ਚਲੋ ਹਰ ਕੋਈ ਹੁੰਦਾ ਹੀ ਬਣਦਾ ਹੀ ਕਿ ਕੋਈ ਇਹੋ ਜੇ ਕੰਮ ਕਰਕੇ ਵਿਖਾਈ ਸਾਡੀ ਇਹ ਦੁਨੀਆ ਨੂੰ ਕਿ ਦੁਨੀਆ ਦਾ ਪ੍ਰਭਾਵ ਬਹੁਤ ਜ਼ਿਆਦਾ ਪੈ ਜੇ ਕਿ ਆਪਾਂ ਲੋਕ ਵਿਹਲੇ ਨਾ ਬੈਠੇ ਲੋਕ ਵੀ ਲੋਕਾਂ ਨੂੰ ਉਤਸ਼ਾਹ ਹੋਵੇ ਅਸੀਂ ਵੀ ਕੰਮ ਕਰੀਏ ਠੀਕ ਹੈ ਜੀ ਫੇਰਾਡਾ ਧਿਆਨ ਸ਼ੁਰੂ ਤੋਂ ਵੈਸੇ ਸਾਡਾ ਫਿਫਥ ਕਲਾਸ ਪੜ੍ਹਦੇ ਫਿਫਥ ਕਲਾਸ ਚ ਪੜ੍ਹਦੇ ਸੀ ਉਦੋਂ ਤੋਂ ਹੀ ਅਸੀਂ ਬਿਜਲੀ ਦਾ ਕੰਮ ਸ਼ੁਰੂ ਕਰਤਾ ਸੀ ਕਰਨਾ ਸ਼ੁਰੂ ਕਰਤਾ ਸੀ ਕੀ ਕਰਦੇ ਬਿਜਲੀ ਦਾ ਕੰਮ ਤੁਸੀਂ ਬਿਜਲੀ ਦਾ ਕੰਮ ਪਿੰਗਲਵਾੜਾ ਸੋਸਾਇਟੀ ਚ ਕਰਦੇ ਹੁੰਦੇ ਸੀ ਐਚ ਡੀ 11 ਕੇਵੀ 66 ਕੇਵੀ ਇਹ ਕੰਮ ਕਰਦੇ ਹੁੰਦੇ ਸੀ ਬ੍ਰੇਕਰ ਚਲਾਈ ਸੀ ਤੇ ਉਦੋਂ ਤੋਂ ਬ੍ਰੇਕਰ ਚਲਾ ਰਹੇ ਆ ਰਹੇ ਉਦੋਂ ਤੋਂ ਹੀ ਕੰਮ ਕਰ ਰਹੇ ਫਿਫਥ ਕਲਾਸ ਤੋਂ ਹੀ ਕੰਮ ਸਿੱਖਦੇ ਹੁੰਦੇ ਸੀ ਤੇ ਜਦੋਂ ਤੇ ਤੁਹਾਡਾ ਇੰਟਰਸਟ ਪੈ ਗਿਆ ਤੇ ਇਸ ਕਰਕੇ ਘਟੋ ਘਟ 12 13 ਸਾਲ ਦੀ ਉਮਰ ਤੋਂ ਤੁਹਾਡਾ ਇੰਟਰਸਟ ਪੈ ਗਿਆ ਸੀ ਬਿਜਲੀ ਦਾ ਕੰਮ ਅੱਛਾ ਤੇ ਉਹ ਗਾਗੂ ਵੀ ਗਾਲੇ ਨਹੀਂ ਹੋ ਜਦੋਂ ਫਰੀ ਹੁੰਨੇ ਹੋ ਜਦੋਂ ਕੰਮ ਤੋਂ ਰੁਜੇਵੇਂ ਤੋਂ ਥੱਕ ਕੇ ਬੰਦਾ ਹੁੰਦਾ ਵੀ ਜੀ ਕਰਦਾ ਪਹਿਲੀ ਗੱਲ ਤੇਹੀ ਆ ਹਈ ਬਿਜ਼ੀ ਬਹੁਤ ਜ਼ਿਆਦਾ ਬਿਜ਼ੀ ਬਹੁਤ ਜ਼ਿਆਦਾ ਸ਼ਡਿਊਲ ਇਜ਼ ਵੈਰੀ ਬਿਜ਼ੀ ਟਾਈਮ ਹੀ ਨਹੀਂ ਹੁੰਦਾ ਸਾਡੇ ਕੋਈ ਇੰਨਾ ਕਿ ਕੋਈ ਕਿਸੇ ਨਾਲ ਇਜ਼ਾਵਾ ਨਹੀਂ ਟਾਈਮ ਸਬਸਟਿਊਸ਼ਨਸ ਬੜੇ ਨੇ ਕਿ ਉਹਨਾਂ ਨੂੰ ਵੀ ਚੈੱਕ ਕਰਨਾ ਦੇਖਣਾ ਵਾ ਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਇੰਨਾ ਕਿ ਆਈ ਆਪਣਾ ਫ੍ਰੀ ਬੈ ਕੇ ਕੁਝ ਕਰ ਵੀ ਲਈ ਕਿਸੇ ਨਾਲ ਗੱਲ ਕਰਨ ਦਾ ਟਾਈਮ ਟਾਈਮ ਨਹੀਂ ਹੁੰਦਾ ਸਾਡਾ ਇਸ ਲਈ ਬਹੁਤ ਬਿਜ਼ੀ ਹੁੰਦੇ ਸਿ ਸ਼ਡਿਊਲ ਇਜ਼ ਵੈਰੀ ਸੀ ਤੇ ਜਦੋਂ ਕਿਤੇ ਫ੍ਰੀ ਸੋ ਬੈਠਦੇ ਆ ਫ੍ਰੀ ਤੇ ਅਵਲ ਤਾਂ ਹੋਇਆ ਹੀ ਨਹੀਂ ਜਾਂਦਾ ਪਹਿਲੀ ਗੱਲ ਤਾਂ ਜੇ ਕਿਤੇ ਸੈਟਰਡੇ ਸੰਡੇ ਫ੍ਰੀ ਹੋਏ ਵੀ ਤੇ ਆਪਣੇ ਕੰਮਕਾਰ ਬਹੁਤ ਹੁੰਦੇ ਆ ਉੱਥੇ ਬਿੰਗਲਵਾੜੇ ਸੋਸਾਇਟੀ ਦੇ ਉਹ ਸਬਸਟੇਸ਼ਨ ਵੇਖਣਾ ਪੈਂਦਾ ਉਹ ਵੀ ਸਬਸਟੇਸ਼ਨ ਦੇਖਣਾ ਪੈਂਦਾ اچھا ਉਹ ਵੀ ਤੁਸੀਂ ਸੰਭਰਿਓ ਉਹ ਸਬਸਕ੍ਰਾਈਬ ਆਪਣਾ ਜੀ ਉੱਥੇ ਕੋਈ ਬ੍ਰੇਕਰ ਬੰਦ ਆ ਕੋਈ ਕੋਈ ਗੜਬੜਤਾ ਨਹੀਂ ਹੈ ਕੋਈ ਫਾਲਟ ਤਾਂ ਨਹੀਂ ਹੈ ਉਹ ਵੀ ਦੇਖਣਾ ਪੈਂਦਾ ਮੇਨਟੇਨੈਂਸ ਕਰਾਉਣੀ ਪੈਂਦੀ ਆ ਸਾਰੇ ਕਾ ਜਵਾਬ ਤਾਂ ਚਲੋ ਲੱਗ ਹੀ ਐ ਬਹੁਤ ਵਧੀਆ ਗੱਲ ਐ ਅੱਗੇ ਦਾ ਹੁਣ ਲਕਸ਼ ਕੀ ਆਗਲੇ ਦਾ ਅੱਗੇ ਅੱਗੇ ਦਾ ਨਿਸ਼ਾਨਾ ਕੀ ਆ ਹੋਰ ਪੜਨਾ ਹੈ ਹਜੇ ਜਾਂ ਇਹ ਦੇੰਦਰੀ ਜਾਂ ਅਫਸਰ ਚਾਹੀਦੇ ਪੇਪਰ ਦੇਨੇ ਆ ਕੀ ਕਰਨਾ ਚਾਹੁੰਦੇ ਹਾਂ ਸੁਣੋ ਅਸੀਂ ਚਾਹੁੰਦੇ ਆ ਕਿ ਅਸੀਂ ਪ੍ਰਮੋਟ ਹੋਏ ਨਾ ਐਸਐਸ ਅਸੀਂ ਚਾਹੁੰਦੇ ਆ ਕਿ ਅਸੀਂ ਵੇਨੂ ਪ੍ਰਸ਼ਾਦ ਜੀ ਦਾ ਨਾਮ ਹੋਰ ਉੱਚਾ ਕਰ ਸਕੀਏ ਠੀਕ ਐ ਉਹਨਾਂ ਨੇ ਨੌਕਰੀ ਦਿੱਤੀ ਐ ਇਹ ਨਹੀਂ ਅਸੀਂ ਚਾਹੁੰਦੇ ਕਿ ਇਹ ਆਈ ਉਹਨਾਂ ਦੇ ਸਾਹਮਣੇ ਬੋਲ ਸਕਦੇ ਜਾਂ ਅਸੀਂ ਤੁਸੀਂ ਦੇਖਿਆ ਹੋਊਗਾ ਹੋਰ ਇੰਟਰਵਿਊਆਂ ਵਿੱਚ ਚੈਨਲਾਂ ਤੇ ਵੀ ਅਸੀਂ ਉਹਨਾਂ ਦੀ ਐਡ ਕਰਦੇ ਉਹਨਾਂ ਦੀ ਪਿੱਠ ਸੁਣਦੀ ਹੈ ਠੀਕ ਹੈ ਜੀ ਤੇ ਦੂਜੀ ਗੱਲ ਕਿ ਅਸੀਂ ਇਹ ਤੋਂ ਇਸ ਮਹਿਕ ਵਿੱਚ ਪ੍ਰੋਮੋਟ ਹੀ ਹੈ ਬਸ ਪ੍ਰੋਮੋਟ ਹੀ ਹੋਣਾ ਪੜਨਾ ਬਸ ਇਹਨਾਂ ਨੂੰ ਪੜਨਾ ਬੋਲੇ ਪੜਦਾ ਰਬਨਜੀਨਾ ਬਣਾਉਣਾ ਸੀ ਪੜਾਤਾ ਅੱਗੇ ਹੋਣੀ ਪ੍ਰੋਮੋਟ ਕਰਕੇ ਅਸੀਂ ਚਾਹੁੰਦੇ ਹਾਂ ਅਸੀਂ ਵੀ ਕਿਤੇ ਬਿਜਲੀ ਬੋਰਡ ਦੇ ਸੀਐਮਡੀ ਬਣੀਏ ਤਾਂ ਫਿਰ ਉਹਦੇ ਵਾਸਤੇ ਡਿਗਰੀਆਂ ਕਰਨੀਆਂ ਪੈਣੀਆਂ ਵੇਨੂ ਪ੍ਰਸ਼ਾਦ ਜੀ ਬਹੁਤ ਪੜ੍ਹੇ ਹੋਏ ਨੇ ਤੁਹਾਨੂੰ ਹੋਰ ਵੀ ਪੜ੍ਹਨਾ ਚਾਹੀਦਾ ਨਹੀਂ ਨਹੀਂ ਵੇਨੂ ਪ੍ਰਸ਼ਾਦ ਜੀ ਤਾਂ ਆਈਏਐਸ ਹੈ ਨਾ ਉਹ ਤਾਂ ਸਾਡੇ ਤੋਂ ਵੀ ਜ਼ਿਆਦਾ ਬਹੁਤ ਵੱਡੇ ਬੰਦੇ ਉਹ ਪੜ੍ਹੇ ਹੋਏ ਜ਼ਿਆਦਾ ਬਟ ਅਸੀਂ ਚਾਹੁੰਦੇ ਹਾਂ ਕਿ ਪਰ ਆਪਾਂ ਤੁਹਾਨੂੰ ਐਸਸੀ ਤੇ ਬਣਾਗੇ ਘੱਟੋ ਘੱਟ ਐਸ ਡ੍ਰੀਮ ਹੈ ਕਿ ਘੱਟੋ ਘੱਟ ਐਸਸੀ ਤੇ ਬਣਾਗੇ ਤੇ ਉਹ ਬਾਕੀ ਰੱਬ ਦੇ ਹੱਥ ਵਿੱਚ ਹੁੰਦਾ ਹੈ ਕਿ ਕਿਸੇ ਬਣਨਾ ਕਿ ਨਹੀਂ ਬਣਨਾ ਇਹ ਕਰਉਣਾ ਰੱਬ ਨੇ ਉਹ ਰੱਬ ਦੇ ਹੱਥ ਵਾਸਤੇ ਆ ਆਪਾਂ ਘਟੋ ਘਟ ਡ੍ਰੀਮ ਲੈ ਕੇ ਚੱਲੀਏ ਕਿ ਅਸੀਂ ਐਸੀ ਤਾਕਤ ਬਣੇ ਉਦੋਂ ਜਦੋਂ ਪਹਿਲੀ ਵਾਰ ਕਾਲ ਆਈ ਤੁਹਾਨੂੰ ਵੀ ਤੁਹਾਨੂੰ ਐ ਬਿਜਲੀ ਵਿਭਾਗ ਮੈਂ জব ਦੇਣਾ ਚਾਹੁੰਦਾ ਉਹ ਉਹ ਪਲ ਬਾਰੇ ਥੋੜਾ ਦੱਸੋ ਉਹ ਕਦੋਂ ਦੀ ਗੱਲ ਹੈ ਕਿਵੇਂ ਉਹ ਹੋਇਆ ਹਾਂਜੀ ਬਿਜਲੀ ਵਿਭਾਗ ਨੂੰ ਕਾਲ ਨਹੀਂ ਸੀ ਆਈ ਬਿਜਲੀ ਵਿਭਾਗ ਨੂੰ ਅਸੀਂ ਇਹੀ ਆਪਣੇ ਤੋਂ ਜਾਣਦੇ ਸੀ ਅਸੀਂ ਇਹੀ ਸ਼ੁਰੂ ਤੋਂ ਜਾਣਦੇ ਸੀ ਉਹ ਇਹਨੂੰ ਪ੍ਰਸ਼ਾਦ ਜੀ ਨਾਲ ਅੱਡਾ ਬਹੁਤ ਲਗਾਵਰੇਆ ਤਿੰਨ ਮਤਲਬ ਕਿ ਇੱਕ ਸਾਡੇ ਫਾਦਰ ਜੈਸੇ ਹੀ ਹੈ ਠੀਕ ਹੈ ਤੇ ਉਹਨਾਂ ਨੇ ਕਿਤੇ ਸੋਚਿਆ ਸੀ ਕਿ ਤਾਨੂੰ ਜੌਬ ਦੇਣਾ ਇਹਨਾਂ ਨੇ ਆਡਾ ਬਹੁਤ ਖਿੱਚ ਧੂਕੇ ਕੇ ਸੱਗੇ ਲਿਆ ਕੇ ਕਿ ਮਤਲਬ ਕਿ ਲੋਕ ਬਹੁਤ ਰੇਅਰ ਹੀ ਲੋਕ ਹੁੰਦੇ ਆ ਦੁਨੀਆ ਦੇ ਵਿੱਚ ਕਿ ਜਿਹੜੇ ਕਿਸੇ ਦੀ ਪ੍ਰਵਾਹ ਕਰਦੀ ਪ੍ਰਵਾਹ ਕਰ ਮਤਲਬ ਕਿਸੇ ਦਾ ਸੋਚਦੇ ਆ ਜਦੋਂ ਸਾਡਾ ਕਿਨੇ ਸੋਚਣਾ ਸੀ ਕਿਸੇ ਨੇ ਨਹੀਂ ਸੋਚਣਾ ਸੀ ਇਹ ਰੱਬ ਨੇ ਡਿਊਟੀ ਲਈ ਵੇਨੂੰ ਪ੍ਰਸ਼ਾਦ ਜੀ ਦੀ ਉਹਨਾਂ ਨੇ ਆਡਾ ਕੇ ਸੱਗੇ ਲਿਆਂਦਾ ਕਰਵਾਇਆ ਅੱਗੇ ਲਿਆਂਦਾ ਜੌਬ ਦਿੱਤੀ ਤੇ ਹੁਣ ਬਹੁਤ ਚਾਹੁੰਦੇ ਆ ਕਿ ਰੱਬ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਹੋਰ ਬਹੁਤ ਵੱਡੀ ਹਾਸਲ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਲੈਕਸ਼ਨ ਕਮਿਸ਼ਨ ਨੇ ਕਿਵੇਂ ਰਾਬਤਾ ਕੈਮ ਕੀਤਾ ਇਲੈਕਸ਼ਨ ਕਮਿਸ਼ਨਰ ਜੀ ਦਾ ਸਾਡੇ ਡਾਕਟਰ ਇੰਦਰਜੀਤ ਕੌਰ ਜੀ ਨਾਲ ਬਹੁਤ ਰਾਬਤਾ ਰਿਹਾ ਆਪਣੇ ਕਰਨ ਰਾਜੂ ਜੀ ਦਾ ਤੇ ਉਸ ਤੋਂ ਬਾਅਦ ਨਾ ਨੇ 18 ਸਾਲ ਦੀ ਉਮਰ ਹੋਈ ਉਸ ਤੋਂ ਬਾਅਦ ਨਾ ਨੇ ਵੋਟ ਬਣਾਈ ਇਹਨਾਂ ਦੀ ਵੋਟ ਬਣਾਈ ਇਹਨਾਂ ਦੀ ਵੋਟ ਵਾਸਤੇ ਆਡੀ ਵੋਟ ਵਾਸਤੇ ਬਹੁਤ ਚੱਕਰ ਪਿਆ ਸੀ ਕਿ ਸਵੇਰ ਪੌਣਗੇ ਤੋਂ ਫਿਰ ਪ੍ਰਾਈਮ ਮਿਨਿਸਟਰ ਦੀ ਪਰਮਿਸ਼ਨ ਲਈ ਪ੍ਰਾਈਮ ਮਿਨਿਸਟਰ ਨੇ ਫਿਰ ਰਾਸ਼ਟਰਪਤੀ ਜੀ ਨਾਲ ਪੂਰੀ ਮੀਟਿੰਗ ਹੋਈ ਆ ਉਹਦੇ ਵਿੱਚ ਅਜੰਡਾ ਪਾਸ ਹੋਇਆ ਪ੍ਰਾਈਮ ਮਿਨਿਸਟਰ ਜੀ ਨੇ ਅਜੰਡਾ ਆਪਣੇ ਨਰਿੰਦਰ ਮੋਦੀ ਜੀ ਨੇ ਅਜੰਡਾ ਪਾਸ ਕੀਤਾ ਕਿਉਂਕਿ ਇਹ ਕੰਮ ਸੁਸ਼ੀਲ ਚੰਦਰਾ ਜੀ ਤੋਂ ਵੀ ਪਾਰ ਚਲਾ ਗਿਆ ਸੀ ਕਿ ਕਿਸੇ ਕੋ ਫੈਸਲਾ ਨਹੀਂ ਲਿਆ ਜਾ ਰਿਹਾ ਸੀ ਇਹ ਫਿਰ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਫੈਸਲਾ ਲਿਆ ਕਿ ਇਸ ਤਰ੍ਹਾਂ ਵੋਟ ਦਾ ਕੀ ਹੈ ਇਸ ਵਾਰੀ ਪਹਿਲੇ ਵੋਟਰਸ ਨੇ ਜਿਹੜੇ ਵੋਟ ਪਾਵਾਂਗੇ ਆ ਹਾਂਜੀ ਬਲਕਿ ਪਹਿਲੀ ਵਾਰ ਵੋਟ ਪਾਉਣਗੇ ਕਹਿੰਦੇ ਜੀ ਇਹ ਪਹਿਲੀ ਵਾਰ ਵੋਟਰ ਪਾਵਾਂਗੇ ਸਪੈਸ਼ਲ ਵੋਟ ਸਪੈਸ਼ਲ ਵੋਟ ਹੋਏਗੀ ਅੱਟ ਤੇ ਨੌਜਵਾਨ ਪੀੜ ਨੂੰ ਕੀ ਸਨੇਹਾ ਦੇਣਾ ਚਾਹੂਗੇ ਜਿਹੜੇ ਐਤਕੀ ਚੋਣਾਂ 'ਚ ਪਹਿਲੀ ਵਾਰ ਵੋਟ ਪਾਉਣਗੇ ਨੌਜਵਾਨ ਪੀੜ ਨੂੰ ਕੀ ਸਨੇਹਾ ਦੇਣਾ ਦੇਣਾ ਚਾਹਾਂਗੇ ਕਿ ਜਿਹੜੇ ਐਤਕੀ ਪਹਿਲਾਂ ਵੋਟ ਪਾਉਣਗੇ ਪਹਿਲੀ ਵਾਰ ਕਿ ਤੁਸੀਂ ਆਪਣੇ ਸਰਕਾਰ ਸਹੀ ਢੰਗ ਨਾਲ ਚੁਣੋ ਤੁਸੀਂ ਵੋਟ ਦਾ ਅਧਿਕਾਰ ਵਰਤੋ ਕਿਸੇ ਦੇ ਡਰ ਦਬਾਅ ਦੇ ਨਾਲ ਨਾ ਕੋਈ ਕੰਮ ਕੀਤਾ ਜਾਵੇ ਉਹ ਜਾ ਸਭ ਆਪਣੇ ਅਧਿਕਾਰ ਜ਼ਿੰਦਗਤ ਵਰਤੋ ਨਾ ਕਰਨ ਬਹੁਤ ਵਧੀਆ ਤਰੀਕੇ ਨਾਲ ਵਰਤੋ ਕਰਨ ਤੇ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਹੋਰ ਖੁਸ਼ਹਾਲ ਬਣਾ ਸਕੀਏ ਨਵਾਂ ਪੰਜਾਬ ਨਵੀਂ ਸੋਚ ਠੀਕ ਹੈ ਬਹੁਤ ਬਹੁਤ ਧੰਨਵਾਦ ਤੇ ਮੇਨੂ ਪ੍ਰਸ਼ਾਦ ਜੀ ਤੁਹਾਡਾ ਐਕਸਪੀਰੀਅੰਸ ਕਿਵੇਂ ਹੈ ਇਹਨਾਂ ਨਾਲ ਸਾਰਾ ਤੁਸੀਂ ਇਹ ਬੜੇ ਜੋਸ਼ ਚ ਨੇ ਨਵੀਂ એનર્ਜੀ ਹੈ ਪੋਜ਼ਿਟਿਵ એનર્ਜੀ ਹੈ ਤੁਸੀਂ ਕਿਵੇਂ ਦੇਖਦੇ ਹੋ इन्हों का मेन गल कि इन्हों एपरोच है बिल्कुल पॉजिटिव एपरोच है और दूजा है कि कॉन्फिडेंस बहुत व्डी कॉन्फिडेंस है और एम भी बहुत एम रखते हैं क्योंकि आजकल मैं समझता कि जिसके पास हार्डवर्क है मेहनत है और एम बहुत वजिए रखते हैं ऑटोमेटिकली तरक्की होंगे मैं यही समझदा कि आने वाले समय में भी ये कला अपने लिए नहीं पी एस पी सी एल के लिए भी बहुत वीया करेगा ਉਸ ਦਿਨ ਨਾਲ ਸਾਡੇ ਆਰਗੇਨਾਈਜੇਸ਼ਨ ਨੂੰ ਵੀ ਬੇਨਫਿਟ ਹੋਵੇਗਾ ਉਹ ਕਹਿ ਰਿਹਾ ਸੀ ਪੜਨਾ ਨਹੀਂ ਅੱਗੇ ਤੁਸੀਂ ਪੜਨ ਵਾਸਤੇ ਕਹੋਗੇ ਇਨਕਰੇਜ ਕਰੋਗੇ ਨਹੀਂ ਅਭੀ ਤੋਂ ਚਲਿਏ ਜੌਬ ਮੇਂ ਜੁਆਇਨ ਕੀਤਾ ਇਨਨੇ ਪਰ ਜਦੋਂ ਲੀਜ਼ਰਲੀ ਟਾਈਮ ਮਿਲ ਜਾਂਦੇ ਕبھی ਇਹ ਹੈ ਕਿ ਮੂਡ ਬਨ ਜਾਏ ਤਾਂ ਕبھی ਫਿਊਚਰ ਦੇ ਵਿੱਚ ਪਾਰਟ ਟਾਈਮ ਵੀ ਕੋਰਸਸ ਆਜਕਲ ਬਹੁਤ ਅਵੇਲੇਬਲ ਹੈ ਉਸ ਦੇ ਵਿੱਚ ਵੀ ਕਰ ਸਕਦੇ ਪਰ ਪਹਿਲੇ ਤੋਂ ਉਹ ਬਰੀ ਯੰਗ ਹੈ ਅਭੀ ਤੋਂ 1-2 ਸਾਲ ਨੌਕਰੀ ਵਿੱਚ ਸੈਟਲ ਹੋ ਜਾਣਗੇ ਉਸਕੇ ਬਾਅਦ ਫਿਰ ਮੌਕਾ ਜੈਸੇ ਅਪਰਚੂਨਿਟੀਆਂ ਮਿਲੇਗਾ ਵੈਸਾ ਕਰ ਲẽਗੇ ਹਮੇਸ਼ਾ ਪੀਐਸਪੀਸੀਲ ਉਹਨਾਂ ਦੇ ਨਾਲ ਹੈ ਅਸੀਂ ਪਰਸਨਲੀ ਵੀ ਉਹਨਾਂ ਦੇ ਨਾਲ ਹੈ ਕੋਈ ਵੀ ਮਦਦ ਆਜ ਨਹੀਂ ਫਿਊਚਰ ਵਿੱਚ ਵੀ ਕੋਈ ਵੀ ਮਦਦ ਚਾਹੀਏ ਤਾਂ ਬਹੁਤ ਲੋਕ ਤਿਆਰ ਹੈ ਅਸੀਂ ਵੀ ਤਿਆਰ ਹੈ ਇਹਨਾਂ ਨੂੰ ਮਦਦ ਕਰਨ ਵਾਸਤੇ ਮੈਨੂੰ ਜੁੜਨ ਵਾਸਤੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਸਾਡਾ ਜੁੜਨ ਵਾਸਤੇ ਤਾਂ ਇਹ ਸੀਗੇ ਸੋਨਾ ਮੋਨਾ ਤੇ ਬੀਨੂ ਪ੍ਰਸ਼ਾਦ ਜੀ ਜਿਨ੍ਹਾਂ ਨੇ ਦੱਸਿਆ ਆਪਦੀ ਕਹਾਣੀ ਕਿਵੇਂ ਸਰਕਾਰੀ ਨੌਕਰੀ ਲੱਗੀ ਬਿਜਲੀ ਮੈਗਮੈਚ ਤੇ ਉਸ ਤੋਂ ਬਾਅਦ ਕਿਵੇਂ ਇਲੈਕਸ਼ਨ ਕਮਿਸ਼ਨ ਨੇ ਅਪਰੋਚ ਕੀਤਾ ਕਿਵੇਂ ਉਹ ਲੋਕਾਂ ਨੂੰ ਉਤਸ਼ਾਹਿਤ ਕਰ ਰਿਹਾ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਤੇ ਜਿਹੜਾ ਪਹਿਲੀ ਵਾਰ ਦਾ ਵੋਟਰ ਹੈ ਐਤ ਕੀ ਚੋਣਾਂ ਜਿਹੜੇ ਪਹਿਲੀ ਵਾਰ ਵੋਟ ਪਾਉਣਗੇ ਉਹਨਾਂ ਨੂੰ ਕਿਵੇਂ ਉਹ ਕੀ ਸਨੇਹਾ ਦੇ ਰਹੇ ਹੈ ਕੀ ਕੀ ਗੱਲਾਂ ਦਾ ਖਿਆਲ ਰੱਖਣਾ ਹੈ ਕੀ ਕੀ ਚੀਜ਼ਾਂ ਆਪਾਂ ਅਵੋਇਡ ਕਰਨੀਆਂ ਨੇ ਜਿੰਨੇ ਵੀ ਪਹਿਲੀ ਵਾਰ ਦੇ ਵੋਟਰ ਨੇ